मैं तीन मुद्दे तुहानू दिखा रही हूँ। ये साड़ी पार्टी का मुद्दा कोई नहीं, पंजाब के लोगों का पहला मुद्दा वा जिहड़ा इन्होंने राज दे विच 17 तो ले 20 तक एससी पोस्ट मैट्रिक स्कॉलरशिप के लिए 4 लाख बच्चा रुलिया, पर जिहड़ी आ गल कर रहे आ इहदे ते बुला लो जिहड़े मर्जी मंत्री नूं बुला लो, अंदरों मैं डिबेट कर लो तैयार भाई। सैशन जिहड़ा वा उन्हां दी मर्जी नाल चलू, ये नहीं ट्रकां पा के आ गए आ। एससी बच्चा नहीं गल करते, असं कहने भी 4 लाख बच्चे का रोल नंबर रुक गया, वो तो गिता पाई जाते अंदर। असं कहने एक प्यो की दिहाड़ी कर करके 90% जवाक डिग्री लैके भी उन्हें पता नहीं मैं डॉक्टर हाँ कि दिहाड़ीदार हाँ, क्योंकि डिबेट ये कहने असं करनी आ, पर डिबेट लिए कोई मुद्दा ही है नहीं, इन्हों को ही है नहीं। असं तो जिन्हें दिन सैशन बुला चाहते हैं जिहड़ी गल ते डिबेट करनी चाहते आ जाओ, खुल के करो, असं खुल के बैठने तैयार। ਬੀਬੀ ਸਰਜੀਤ ਕੌਰ ਮਾਨੂ ਕੇ ਮੇਰੇ ਨਾਲ ਨੇ। ਬੀਬੀ ਜੀ ਕੀ ਲੱਗਦਾ ਹੈ, ਕਾਂਗਰਸ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਘੇਰ ਰਹੀ ਆ, ਸਰਕਾਰ ਲਈ ਕਾਂਗਰਸ ਸ਼ਬਦ ਵਰਤਦੀ ਹੈ ਕਿ ਬੋਲਣ ਨਹੀਂ ਦਿੱਤਾ ਜਾਂਦਾ, ਵਿਰੋਧੀਆਂ ਨੂੰ ਸਪੇਸ ਨਹੀਂ ਦਿੱਤਾ ਜਾਂਦਾ, ਵਿਰੋਧੀਆਂ ਦੇ ਗਲ ਪੈਣ ਦੇ ਕੰਮ ਕੀਤੇ, ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼? ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸੈਸ਼ਨ ਵਿਰੋਧੀਆਂ ਦੇ ਲਈ ਵੀ ਆ, ਸਰਕਾਰ ਲਈ ਵੀ ਆ। ਪਰ ਆਪਾਂ ਜੇ ਕਹੀਏ ਵੀ ਸੈਸ਼ਨ ਜਿਹੜਾ ਵਾ ਉਹਨਾਂ ਦੀ ਮਰਜ਼ੀ ਨਾਲ ਚੱਲੂ, ਇਹ ਨਹੀਂ। ਪਹਿਲੇ ਦਿਨ ਤਾਂ ਉਹ ਕਹਿੰਦੇ ਸੀ ਵੀ ਲੋਕਾਂ ਨੇ ਮੁੱਦੇ ਨਹੀਂ। ਮੈਂ ਤਿੰਨ ਮੁੱਦੇ ਤੁਹਾਨੂੰ ਦਿਖਾ ਰਹੀ ਹਾਂ, ਇਹਦੇ 'ਚ ਸਾਡੀ ਪਾਰਟੀ ਦਾ ਮੁੱਦਾ ਕੋਈ ਨਹੀਂ, ਪੰਜਾਬ ਦੇ ਲੋਕਾਂ ਦਾ। ਪਹਿਲਾ ਮੁੱਦਾ ਵਾ ਜਿਹੜਾ ਇਹਨਾਂ ਦੇ ਰਾਜ ਦੇ ਵਿੱਚ 17 ਤੋਂ ਲੈ 20 ਤੱਕ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ 4 ਲੱਖ ਬੱਚਾ ਰੁਲਿਆ। ਇਹਨਾਂ ਦੀਆਂ ਕੈਬਨਿਟ ਮੀਟਿੰਗਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀ, ਖਾਣ ਪੀਣ ਵੀ ਹੁੰਦਾ ਸੀ, ਲੋਕਾਂ ਦੀ ਗੱਲ ਵੀ ਹੁੰਦੀ ਸੀ, ਪਰ ਥੱਲੇ ਤੱਕ ਇਹਨਾਂ ਨੂੰ ਪਤਾ ਸੀ ਸਾਡੇ ਹੀ ਕਾਲਜ ਆ, ਸਾਡੇ ਹੀ ਸਕੂਲ ਆ, ਕਿਹਨੇ ਕਹਿਣਾ। ਇਹਨਾਂ ਨੇ ਜਿਹੜਾ ਉਹਨਾਂ ਨਾਲ ਕਾਂਡ ਕੀਤਾ, ਤੁਸੀਂ ਆਓ ਉਹਦੇ 'ਤੇ ਡਿਬੇਟ ਕਰੋ। ਦੂਜਾ ਮੁੱਦਾ ਅੱਜ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਨੂੰ ਸਹੀ ਦਿਸ਼ਾ ਦੇਣ ਦਾ, ਉਹਦੇ 'ਤੇ ਗੱਲ ਕਰ ਲਓ। ਤੀਜਾ ਮੁੱਦਾ ਪੋਲਿਊਸ਼ਨ ਆ, ਪਰਾਲੀ ਆ। ਆਉਣ ਵਾਲੇ ਸਮੇਂ 'ਤੇ ਆਪਾਂ 2000 ਕਰੋੜ ਤੁਹਾਡੀ ਕਰਕੇ ਭੁਗਤਿਆ ਸੀ, ਉਹਦੀ ਕਰਕੇ NGT ਜੁਰਮਾਨਾ ਦੇ ਰਹੀ ਆ, ਆਓ ਉਹਦੇ 'ਤੇ ਗੱਲ ਕਰ ਲਓ। ਸਾਨੂੰ ਦੱਸੋ ਤੁਸੀਂ ਜਿਹੜੇ ਇੰਸਟਰੂਮੈਂਟ ਸੀ ਉਹ ਕਿੱਥੇ ਦਿੱਤੇ ਅਤੇ ਕਿਹਨੂੰ ਦਿੱਤੇ। ਪਰ ਪਤਾ ਨਹੀਂ, ਹੈਰਾਨੀ ਵਾਲੀ ਗੱਲ ਹੈ, ਫਰਾਕਾਂ ਪਾ ਕੇ ਆ ਗਏ ਆ। ਐਸਸੀ ਬੱਚਾ ਨਹੀਂ ਗੱਲ ਕਰਦੇ, ਅਸੀਂ ਕਹਿੰਦੇ ਵੀ 4 ਲੱਖ ਬੱਚੇ ਦਾ ਰੋਲ ਨੰਬਰ ਰੁਕ ਗਿਆ, ਉਹਦੇ 'ਤੇ ਗਿੱਧਾ ਪਾਈ ਜਾਂਦੇ ਆ ਅੰਦਰ। ਅਸੀਂ ਕਹਿੰਦੇ ਇੱਕ ਪਿਓ ਦੀ ਦਿਹਾੜੀ ਕਰ ਕਰਕੇ 90% ਜਵਾਕ ਡਿਗਰੀ ਲੈ ਕੇ ਵੀ ਉਹਨੂੰ ਪਤਾ ਨਹੀਂ ਮੈਂ ਡਾਕਟਰ ਹਾਂ ਕਿ ਦਿਹਾੜੀਦਾਰ ਹਾਂ, ਪਰ ਫਿਰ ਵੀ ਉਹ ਗਿੱਧਾ ਪਾ ਰਹੇ ਆ। ਇੱਥੋਂ ਇਹਨਾਂ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਰਿਹਾ, ਕਿਉਂਕਿ ਡਿਬੇਟ ਇਹ ਕਹਿੰਦੇ ਅਸੀਂ ਕਰਨੀ ਆ, ਪਰ ਡਿਬੇਟ ਲਈ ਕੋਈ ਮੁੱਦਾ ਹੀ ਹੈ ਨਹੀਂ, ਇਹਨਾਂ ਕੋਲ ਹੀ ਹੈ ਨਹੀਂ। ਅਸੀਂ ਤਾਂ ਜਿੰਨੇ ਦਿਨ ਸੈਸ਼ਨ ਬੁਲਾਉਣਾ ਚਾਹੁੰਦੇ ਹਾਂ ਜਿਹੜੀ ਗੱਲ ਤੇ ਡਿਬੇਟ ਕਰਨੀ ਚਾਹੁੰਦੇ ਆ ਆ ਜਾਓ, ਖੁੱਲ ਕੇ ਕਰੋ, ਅਸੀਂ ਖੁੱਲ ਕੇ ਬੈਠਣ ਨੂੰ ਤਿਆਰ ਹਾਂ। ਅਜਿਤ ਸਿੰਘ ਸਰਾੜੀ ਦਾ ਮੁੱਦਾ ਚੱਕਦੇ ਨੇ, ਉਹ ਕਹਿੰਦੇ ਨੇ ਗੈਰ ਸੰਵਿਧਾਨਿਕ ਚੀਜ਼ਾਂ ਕਰ ਰਹੀ ਆ ਆਮ ਆਦਮੀ ਪਾਰਟੀ ਸਰਕਾਰ, ਤਾਨਾਸ਼ਾਹੀ, ਰਾਜਪਾਲ ਨੂੰ ਗੁੰਮਰਾਹ ਕੀਤਾ, 420 ਕਰ ਰਹੀ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, 4 ਲੱਖ ਬੱਚਿਆਂ ਦੇ ਸਰਟੀਫਿਕੇਟ ਦੀ ਗੱਲ ਕਰਨਾ ਤੇ ਉਹਨਾਂ ਦਾ ਵਜ਼ੀਫਾ ਇਹਨਾਂ ਨੇ 2017 ਤੋਂ ਲੈ ਕੇ 2020 ਤੱਕ ਕਿਉਂ ਨਹੀਂ ਦਿੱਤਾ? 64 ਕਰੋੜ 'ਚ ਇਹਨਾਂ ਦਾ ਮੰਤਰੀ ਇਨਵੋਲਵ ਹੋ ਗਿਆ, ਇਹਨਾਂ ਦਾ ਉਹਦਾ ਮੰਤਰੀ ਮੰਡਲ ਅੱਧਾ ਕੋਈ ਤਿੰਨ ਚਾਰ ਮੰਤਰੀ ਅੰਦਰ ਵੀ ਖੜੇ ਆ। ਕਿ ਮੈਨੂੰ ਇਹ ਦੱਸੋ, ਇਹ ਗੈਰ ਸੰਵਿਧਾਨਕ ਗੱਲ ਆ? ਗੈਰ ਸੰਵਿਧਾਨਕ ਤਾਂ ਗੱਲ ਇਹ ਆ ਜਿਹੜੀ BJP ਦੇ ਓਪਰੇਸ਼ਨ ਲੋਟਸ ਦਾ ਪਾਰਟ ਬਣ ਕੇ ਆਪਦੇ MLA ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਜਿਤਾ ਕੇ ਉਹਨਾਂ ਨੂੰ ਵੇਚੀ ਜਾ ਰਹੇ ਆ, ਇਹ ਗੈਰ ਸੰਵਿਧਾਨਕ। 64 ਕਰੋੜ ਤੁਸੀਂ ਗੱਲ ਕਰਦੇ ਹੋ, ਪਰ ਜਦੋਂ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਆਇਆ ਗ੍ਰਿਫਤਾਰੀਆਂ ਦਾ, ਤਾਂ ਉਹ ਜੰਗਲਾਤ ਮਹਿਕਮੇ ਦੇ ਘੁਟਾਲੇ 'ਚ ਆਇਆ। ਸਕਾਲਰਸ਼ਿਪ ਦੇ ਮਾਮਲੇ ਵਿੱਚ ਸਰਕਾਰ ਵੀ ਕੀ ਕਰ ਰਹੀ ਹੈ? ਸਰਕਾਰ ਸਭ ਕੁਝ ਕਰ ਰਹੀ ਹੈ, ਤੁਸੀਂ ਦੇਖੀ ਜਾਇਓ ਸਮੇਂ-ਸਮੇਂ ਤੇ ਤੁਹਾਡੇ ਸਭ ਦੇ ਸਭ ਕੁਝ ਸਾਹਮਣੇ ਆਏਗਾ। ਸਰਕਾਰ ਨੇ ਹੁਣ ਤੱਕ ਜਿਹੜੀਆਂ ਕਾਰਵਾਈਆਂ ਕੀਤੀਆਂ ਨੇ, ਸਰਕਾਰ ਉਹਨਾਂ ਦੀ ਕੋਰਟ 'ਚ ਸਬੂਤ ਨਹੀਂ ਦੇ ਪਾਈ, ਇਹ ਖੁਦ ਕਹਿੰਦੇ ਨੇ, ਚਾਹੇ ਉਹ ਕਹਿੰਦੇ ਖੁਦ ਆਪਦੇ ਮੰਤਰੀ ਦੀ ਗੱਲ ਹੋਵੇ ਤੇ ਚਾਹੇ ਵਿਰੋਧੀਆਂ ਦੀ ਹੋਵੇ, ਸਬੂਤ ਨਹੀਂ ਪੇਸ਼ ਕਰ ਪਾਉਂਦੇ, ਸਿਰਫ ਪ੍ਰੋਪੇਗੰਡਾ ਆ 2.5-3 ਮਹੀਨਿਆਂ ਦਾ ਕਰਦੇ ਨੇ ਲੋਕਾਂ 'ਚ ਨਾਚ। ਮੰਤਰੀ ਜਿਹੜੀ ਗੱਲਾਂ ਉਹ ਆਪ ਹੀ ਮੰਨ ਰਹੇ ਆ, ਅਸੀਂ ਕੀਤੀਆਂ ਉਹਦੇ ਲਈ ਸਬੂਤ ਵੀ ਆ, ਸਭ ਕੁਝ ਹੈ, ਪਰ ਅੱਜ ਜਿਹੜੀ ਆਹ ਗੱਲ ਕਰ ਰਹੇ ਆ ਇਹਦੇ ਤੇ ਬੁਲਾ ਲਓ ਜਿਹੜੇ ਮਰਜ਼ੀ ਮੰਤਰੀ ਨੂੰ ਬੁਲਾ ਲਓ, ਅੰਦਰੋਂ ਮੈਂ ਡਿਬੇਟ ਕਰਨ ਨੂੰ ਤਿਆਰ। ਕਿਉਂ ਨਹੀਂ ਕਰਦੇ, ਕਿਉਂ ਵਾਰ-ਵਾਰ ਤੁਸੀਂ ਕਹਿੰਦੇ ਹੋ ਕਿ ਜਿਸ ਤਰ੍ਹਾਂ ਦੇ ਉਹ ਵਿਰੋਧ ਕਰਦੇ ਨੇ, ਕਾਰਨ ਕੀ ਆ ਫਿਰ? ਉਹ ਮੁੱਦਿਆਂ ਤੋਂ ਕੋ ਭਾਈ ਉਹ ਮੁੱਦਿਆਂ ਤੇ ਤਾਂ ਭਾਈਦੇ ਆ, ਕਿਤੇ ਨਾ ਕਿਤੇ ਇਨਵੋਲਵਮੈਂਟ ਹੀ ਇਹਨਾਂ ਦੀ ਆ। ਠੀਕ ਹੈ, ਜੇ ਪਰਾਲੀ ਦੀ ਗੱਲ ਕਰਾਂਗੇ 2000 ਕਰੋੜ ਇਹਨਾਂ ਦੇ ਸਮੇਂ ਦਾ ਜੁਰਮਾਨਾ ਸਾਡਾ ਨਹੀਂ ਹੋਇਆ। ਜੇ ਆਪਾਂ ਐਸਸੀ ਸਕਾਲਰਸ਼ਿਪ ਦੀ ਗੱਲ ਕਰਾਂਗੇ 17 ਤੋਂ 20 ਦਾ ਕਾਰਜਕਾਲ ਇਹਨਾਂ ਦਾ ਹੀ ਆ। ਜੇ ਆਪਾਂ ਨੌਜਵਾਨੀ ਦੀ ਗੱਲ ਕਰਾਂਗੇ, ਨੌਜਵਾਨੀ ਦੇ ਕਾਂਡ ਦੀ ਗੱਲ ਕਰਾਂਗੇ, ਸਭ ਤੋਂ ਵੱਧ ਕਾਂਡ ਇਹਨਾਂ ਦੀ 15 ਸਾਲ ਦੀ ਪਿਛਲੀ ਸਰਕਾਰ ਦੇ ਵਿੱਚ ਹੋਇਆ, ਹੋਰ ਕਿਤੇ ਨਹੀਂ ਹੋਇਆ। ਇਸ ਕਰਕੇ ਹੁਣ ਸੋ ਇਸ ਕਰਕੇ ਵਿਰੋਧੀ ਧਿਰ ਚਾਹੇ ਕਾਂਗਰਸ ਹੈ ਉਹ ਮੁੱਦਿਆਂ ਤੋਂ ਭੱਜਦੀ ਨਜ਼ਰ ਆਉਂਦੀ ਹੈ। ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਦਾ ਦੋਸ਼ ਹੈ।
कि मुद्दों की गल असी करना चाहते हैं, चाहे वह पराली का मुद्दा हो, चाहे वह स्कॉलरशिप का हो, चाहे नौजवानों के रुजगार का, नौजवानों के जुड़िया हुई जी समस्या उन्होंने का मुद्दा हो। लेकिन विरोधी धिर बेलोड़ा जिहड़ा कि रौला पा रही, विवाद बना रही है, तो इसते पंजाब के मुद्दे हल नहीं होंदे करना देना चाहती। हुण देखना यह कि विधान सैशन की कार्रवाई अगे किवें चलती है, तो जिहड़े मुद्दों की गल की जा रही, जिहड़े मतियां की गल की जा रही है, उन्होंने की पुख्ता कार्रवाई की जाती है, तो नतीजा की निकलता है। मैं सरकार अपने सहयोगी सुखविंदर सिंह के नाल रोजाना स्पोक्समैन चंडीगढ़।